ਨੇ ਤੇ ਅਸੀਂ ਸਾਰੇ ਜਿੰਨੇ ਵੀ ਕਲਾਕਾਰ ਆ ਅਸੀਂ ਚੰਡੀਗੜ੍ਹ ਨੂੰ ਭੱਜਦੇ ਹਾਂ ਜਾਂ ਵੱਡੇ ਸ਼ਹਿਰਾਂ ਵਾਲੇ ਪਾਸੇ ਨੂੰ ਭੱਜਦੇ ਹਾਂ, ਪਰ ਉਹ ਪਿੰਡ ਨਾਲ ਜੁੜਿਆ ਹੋਇਆ ਸੀਗਾ। ਅਸੀਂ ਕਈ ਵਾਰੀ ਸੋਚਦੇ ਹਾਂ ਵੀ ਤੂੰ ਨਜ਼ਰਾਂ 'ਚ ਆ ਗਿਆ ਪਿੰਡ 'ਚ ਰਹਿ ਕੇ, ਤੈਨੂੰ ਬਾਹਰ ਚਲੇ ਜਾਣਾ ਚਾਹੀਦਾ ਸੀ, ਘੱਟੋ ਘੱਟ ਇਹ ਮਾੜੀਆਂ ਨਜ਼ਰਾਂ ਤੋਂ ਤੂੰ ਦੂਰ ਰਹਿੰਦਾ। ਭਰਾਵੋ ਸਾਡੀਆਂ ਗੱਡੀਆਂ ਕਿਸ਼ਤਾਂ 'ਤੇ ਹੁੰਦੀਆਂ, ਠੀਕ ਹੈ, ਘਰ ਸਾਡੇ ਕਿਸ਼ਤਾਂ 'ਤੇ ਹੁੰਦੇ ਆ, ਬਸ ਇੱਕ ਟੋਲ ਟਪਾਈ ਹੈ ਜਿਹੜਾ ਉਹ ਵੀ ਤੁਹਾਡੇ ਵੱਲੋਂ ਦਿੱਤਾ ਹੋਇਆ, ਸਾਡੇ ਕੋਲ ਸਾਰਾ ਕੁਛ ਉਧਾਰਾ ਹੀ ਹੈ। ਬਹੁਤ ਹੀ ਭਿਆਨਕ ਹਾਦਸਾ ਜੀ, ਬਹੁਤ ਹੀ ਮੰਦਭਾਗੀ ਘਟਨਾ ਸਾਡੇ ਪੰਜਾਬ ਦੇ ਵਿੱਚ। ਪੰਜਾਬ ਨੇ ਹਮੇਸ਼ਾ ਹੀ ਭੁਗਤਿਆ, ਪਹਿਲਾਂ 47 'ਚ ਜਦੋਂ ਵੰਡ ਹੋਈ ਸਭ ਤੋਂ ਵੱਧ ਨੁਕਸਾਨ ਪੰਜਾਬ ਦਾ ਹੋਇਆ, ਫਿਰ 84 ਦੇ ਬਾਅਦ ਜੋ ਨੁਕਸਾਨ ਹੋਇਆ ਪੰਜਾਬ ਦਾ ਤੁਸੀਂ ਭਲੀ ਭਾਂਤੀ ਜਾਣਦੇ ਹੋ, ਅਤੇ ਅੱਜ ਜਿਹੜਾ ਇਹ ਹਾਲਾਤ ਬਣਦੇ ਜਾ ਰਹੇ ਨੇ ਬੜੇ ਭਿਆਨਕ ਹਾਲਾਤ ਨੇ। ਇੱਕ ਕਮਾਊ ਪੁੱਤਰ ਇਕੱਲਾ ਇਕੱਲਾ 28 ਸਾਲਾਂ ਦਾ ਚੜ੍ਹਦੀ ਉਮਰ ਦੇ ਵਿੱਚ ਬੱਚਾ ਲੈ ਲੈਣਾ ਬਹੁਤ ਮੰਦਭਾਗ ਹੈ। ਇੱਕ ਪਿੰਡ ਤੋਂ ਉੱਠ ਕੇ ਦੇਖੋ, ਹੈ ਨਾ, ਪੂਰੇ ਪੰਜਾਬ ਦਾ ਨਾਮ ਜਿਹੜਾ ਵਰਲਡ ਤੱਕ ਰੋਸ਼ਨ ਕਰਨਾ ਇੱਕ ਬੜੀ ਵੱਡੀ ਗੱਲ ਹੈ। ਬਿਲਕੁਲ, ਜ਼ਮੀਨ ਨਾਲ ਜੁੜੇ ਸੀ, ਬਿਲਕੁਲ, ਪੰਜਾਬ ਅੱਜ ਅਸੀਂ ਸਿੱਧੂ ਕਰਕੇ ਪ੍ਰਾਊਡ ਕਰ ਰਹੇ ਹਾਂ ਕਿ ਵਰਲਡ ਦੇ ਵਿੱਚ ਬਾਲੀਵੁੱਡ ਹੋਵੇ ਚਾਹੇ ਹਾਲੀਵੁੱਡ ਹੋਵੇ, ਹਰ ਜਗ੍ਹਾ ਤੋਂ ਦੁੱਖ ਦੇ ਜਿਹੜੇ ਸੰਦੇਸ਼ ਹੈ ਉਹ ਸੁਣਨ ਨੂੰ ਮਿਲ ਰਹੇ ਆ, ਔਰ ਇਹ ਉਹਦੀ ਕਮਾਈ ਸੀਗੀ, 14 ਸਾਲਾਂ 'ਚ ਉਹਨੇ ਕਮਾਇਆ, ਇਹ ਉਹਦੀ ਕਮਾਈ ਸੀਗੀ, ਔਰ ਪਿੰਡ ਦੇ ਨਾਲ ਜੁੜੀ ਹੋਈ ਰੂਹ ਸੀ ਉਹ। ਨਹੀਂ ਤਾਂ ਅਸੀਂ ਸਾਰੇ ਜਿੰਨੇ ਵੀ ਕਲਾਕਾਰ ਹਾਂ ਅਸੀਂ ਚੰਡੀਗੜ੍ਹ ਨੂੰ ਭੱਜਦੇ ਹਾਂ ਜਾਂ ਵੱਡੇ ਸ਼ਹਿਰਾਂ ਵਾਲੇ ਪਾਸੇ ਨੂੰ ਭੱਜਦੇ ਹਾਂ, ਪਰ ਉਹ ਪਿੰਡ ਨਾਲ ਜੁੜਿਆ ਹੋਇਆ ਸੀਗਾ। ਅਸੀਂ ਕਈ ਵਾਰੀ ਸੋਚਦੇ ਹਾਂ ਵੀ ਤੂੰ ਨਜ਼ਰਾਂ 'ਚ ਆ ਗਿਆ ਪਿੰਡ 'ਚ ਰਹਿ ਕੇ, ਤੈਨੂੰ ਬਾਹਰ ਚਲੇ ਜਾਣਾ ਚਾਹੀਦਾ ਸੀ, ਘੱਟੋ ਘੱਟ ਇਹ ਮਾੜੀਆਂ ਨਜ਼ਰਾਂ ਤੋਂ ਤੂੰ ਦੂਰ ਰਹਿੰਦਾ, ਜਾਨ ਬਚੀ ਰਹਿੰਦੀ, ਪਰ ਸ਼ਾਇਦ ਇਹੀ ਪਰਮਾਤਮਾ ਨੂੰ ਮਨਜ਼ੂਰ ਸੀ। ਮੈਂ ਤਾਂ ਤੁਹਾਡੇ ਮੰਚ ਦੇ ਥਰੂ ਅਪੀਲ ਹੀ ਕਰਾਵਾਂਗਾ। ਭਰਾਵੋ ਸਾਡੀਆਂ ਗੱਡੀਆਂ ਕਿਸ਼ਤਾਂ 'ਤੇ ਹੁੰਦੀਆਂ, ਠੀਕ ਹੈ, ਘਰ ਸਾਡੇ ਕਿਸ਼ਤਾਂ 'ਤੇ ਹੁੰਦੇ ਆ, ਬਸ ਇੱਕ ਟੋਲ ਟਪਾਈ ਹੈ ਜਿਹੜਾ ਉਹ ਵੀ ਤੁਹਾਡੇ ਵੱਲੋਂ ਦਿੱਤਾ ਹੋਇਆ, ਸਾਡੇ ਕੋਲ ਸਾਰਾ ਕੁਛ ਉਧਾਰਾ ਹੀ ਹੈ, ਅਤੇ ਇਹ ਬਸ ਭੁਲੇਖਾ ਹੀ ਹੈ ਬਈ ਅਸੀਂ ਲੋਕ ਬਹੁਤ ਅਮੀਰ ਹੁੰਦੇ ਹਾਂ, ਅਸੀਂ ਬਸ ਦਿਲਾਂ ਤੋਂ ਅਮੀਰ ਹੁੰਦੇ ਹਾਂ, ਅਸੀਂ ਦਿਲਾਂ 'ਚ ਮੁਹੱਬਤ ਲੈ ਕੇ ਜੰਮੇ ਹਾਂ, ਸੋ ਬਸ ਉਹ ਭੁਲੇਖਾ ਨਾ ਪਾਲੋ, ਸਾਡੀ ਰਿਕੁਐਸਟ ਹੀ ਹੈ, ਬੇਨਤੀ ਹੈ। ਬਾਕੀ ਪਹਿਲਾਂ ਵੀ ਮੈਂ ਕਿਹਾ ਕਿ ਹਰ ਮਾਂ ਦਾ ਜਿਹਨੂੰ ਪਰਮਾਤਮਾ ਨੇ ਬੱਚਾ ਦਿੱਤਾ ਉਹਦੀ ਲੰਮੀ ਉਮਰ ਹੋਵੇ, ਉਹਨੂੰ ਉਮਰ ਵੀ ਲੰਮੀ ਦੇਵੇ। ਬਹੁਤ ਬਹੁਤ ਧੰਨਵਾਦ।